ਲੁਧਿਆਣਾ ਵਿਖੇ ਕਾਲਜ ਵਿਚ ਕਰਵਾਏ ਜਾ ਰਹੇ ਸਮਾਗਮ ਵਿਚ ਪਹੁੰਚੇ ਐਸ ਜੀ ਪੀ ਸੀ ਪ੍ਰਧਾਨ ਭਾਈ ਗੋਵਿੰਦ ਸਿੰਘ ਲੌਂਗੋਵਾਲ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਮਾਗਮ ਨੂੰ ਮਨਾਉਣ ਲਈ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਉੱਥੇ ਹੀ ਆਪ ਪਾਰਟੀ ਦੇ ਸੀਨੀਅਰ ਨੇਤਾ ਐਚ ਐਸ ਫੁਲਕਾ ਵੱਲੋਂ ਦਿੱਤੇ ਅਸਤੀਫੇ ਤੇ ਐਸ ਜੀ ਪੀ ਸੀ ਦੇ ਲਈ ਨਵੀਂ ਜਥੇਬੰਦੀ ਬਣਾਉਣ ਦੇ ਬਿਆਨ ਤੇ ਬੋਲਦੇ ਹੋਏ ਲੌਂਗੋਵਾਲ ਨੇ ਕਿਹਾ ਕਿ ਕਦੇ ਉਹ ਅਸਤੀਫਾ ਦੇ ਦਿੰਦੇ ਨੇ ਤੇ ਕਦੇ ਉਹ ਬਿਆਨਬਾਜ਼ੀ ਕਰਦੇ ਨੇ। ਸੋ ਅੱਜ ਦਾ ਜਿਹੜਾ ਸਾਡਾ ਇਹ ਅੰਤਰ ਰਾਸ਼ਟਰੀ ਔਰ ਸੈਮੀਨਾਰ ਕਰਵਾ ਰਹੇ ਹਾਂ, ਇਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ 550ਵਾਂ ਜਿਹੜਾ ਪ੍ਰਕਾਸ਼ ਉਤਸ਼ਾਹ ਆ ਰਿਹਾ ਹੈ ਅਤੇ ਉਹਨੂੰ ਸਮਰਪਿਤ ਜਿਹੜਾ ਇਹ ਅਸੀਂ ਕਰਵਾ ਰਹੇ ਹਾਂ। ਸੋ ਇਹਦੇ ਵਿੱਚ ਇੱਕ ਤਾਂ ਇਹ ਹੈ ਕਿ ਜੋ ਸੁਲਤਾਨਪੁਰ ਲੋਧੀ ਸਾਹਿਬ ਲਈ ਜਿੱਥੇ ਸਾਰੇ ਸਮਾਗਮ ਹੋਣੇ ਨੇ, ਵੱਡੇ ਸਮਾਗਮ ਅਸੀਂ ਕਰ ਰਹੇ ਹਾਂ ਔਰ ਉਹ ਸਮਾਗਮਾਂ ਵਿੱਚ ਸ਼ਾਮਿਲ ਹੋਣ ਵਾਸਤੇ ਜਿਹੜੇ ਵਿਦੇਸ਼ਾਂ ਵਿੱਚ ਸਾਡੇ ਬੈਠੇ ਸਿੱਖ ਨੇ ਉਹਨਾਂ ਸਾਰਿਆਂ ਨੂੰ ਸ਼ਾਮਿਲ ਕਰਨ ਵਾਸਤੇ ਇੱਕ NRI ਸੈੱਲ ਕਾਇਮ ਕਰਾਂਗੇ ਔਰ ਉਹ ਸੈੱਲ ਦਾ ਜਿਹੜਾ ਸਾਡਾ ਇੱਕ ਸੈਕਟਰੀ ਪੱਧਰ ਦਾ ਇੱਕ ਅਧਿਕਾਰੀ ਹੈ ਉਹਨੂੰ ਨਿਯੁਕਤ ਕਰਾਂਗੇ ਉਹਨੂੰ ਅਤੇ ਉਹ ਸਾਰੇ ਉਹਨਾਂ ਵਿਦੇਸ਼ਾਂ 'ਚ ਬੈਠੇ ਸਾਰੇ ਜਿੰਨੇ ਸਾਡੇ ਨਾਨਕ ਨਾਮ ਲੇਵਾ ਨੇ ਸਿੱਖ ਸੰਗਤ ਹੈ ਉਹਨਾਂ ਨਾਲ ਸਾਰੇ ਤਾਲਮੇਲ ਕਰੇਗਾ ਔਰ ਉਹਨੂੰ ਸਾਰੀਆਂ ਇੱਥੋਂ ਦੀ ਜਿੰਨੇ ਪ੍ਰੋਗਰਾਮਾਂ ਵਾਸਤੇ ਜਿਹੜੀ ਮੁੱਢਲੀ ਜਾਣਕਾਰੀ ਜਿਹੜੀ ਹੈ ਉਹਨਾਂ ਸਾਰਿਆਂ ਨੂੰ ਦੇਵੇਗਾ। ਔਰ ਦੂਸਰਾ ਹੈਗਾ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜੋ ਫਲਸਫਾ ਹੈ ਔਰ ਉਹਦੇ ਪ੍ਰਚਾਰਨ ਲਈ ਅਸੀਂ 13 ਭਾਸ਼ਾ ਦੇ ਵਿੱਚ ਔਰ ਉਹਨਾਂ ਦਾ ਜੋ ਵਿਚਾਰਧਾਰਾ ਹੈਗੀ, ਉਹਨਾਂ ਦਾ ਜੋ ਸਿਧਾਂਤ ਹੈ, ਜੋ ਉਹਨਾਂ ਦਾ ਮਿਸ਼ਨ ਹੈ, ਉਹ ਸਾਰਾ ਛਾਪ ਕੇ ਅਸੀਂ 13 ਭਾਸ਼ਾ ਦੇ ਵਿੱਚ ਦੇਵਾਂਗੇ ਜਿਹਦੇ ਵਿੱਚ 5 ਵਿਦੇਸੀ ਭਾਸ਼ਾ ਹੋਣਗੀਆਂ ਅਤੇ 8 ਜਿਹੜੀਆਂ ਨੇ ਉਹ ਸਾਡੇ ਹਿੰਦੁਸਤਾਨ ਦੀਆਂ ਜਿਹੜੀਆਂ ਭਾਸ਼ਾਵਾਂ ਨੇ ਉਹਨਾਂ ਵਿੱਚ ਉਹ ਅਸੀਂ ਸਾਰਾ ਛਾਪ ਕੇ ਵੰਡਾਂਗੇ। ਇੱਕ ਮਿੰਟ ਪੂਰਾ ਕਰ ਲਈਏ। ਅਤੇ ਤੀਜਾ ਹੈਗਾ ਕਿ ਜਿੱਥੇ ਵੀ ਅੱਜ ਸਾਡੇ NRI ਵੀਰ ਜਿਹੜੇ ਆਏ ਨੇ ਇੱਥੇ, ਉਹਨਾਂ ਦਾ ਅਸੀਂ ਜੀ ਆਏ ਵੀ ਕਹਿਣਾ, ਉਹਨਾਂ ਦਾ ਧੰਨਵਾਦ ਵੀ ਕਰਨਾ। ਉਹਨਾਂ ਦੇ ਵਿੱਚ ਸੁੱਖ ਧਾਲੀਵਾਲ ਸਾਡੇ MP ਸਾਹਿਬ ਜਿਹੜੇ ਕੈਨੇਡਾ ਤੋਂ ਪਹੁੰਚੇ ਨੇ ਅਤੇ ਹੋਰ ਸਾਰੇ ਵੀਰ ਜਿਹੜੇ ਸਮਾਗਮ ਦੇ ਵਿੱਚ ਸ਼ਾਮਿਲ ਹੋਏ ਨੇ। ਇੱਕ ਹੈ ਕਿ ਗੁਰੂ ਨਾਨਕ ਦੇਵ ਇੰਜੀਨੀਅਰ ਕਾਲਜ ਦੇ ਜਿਹੜੇ ਪੁਰਾਣੇ ਵਿਦਿਆਰਥੀ ਨੇ ਇੱਥੋਂ ਵਿੱਦਿਆ ਪ੍ਰਾਪਤ ਕਰਕੇ ਗਏ ਨੇ, ਜਿਨ੍ਹਾਂ ਨੇ ਦੁਨੀਆਂ ਦੇ ਵਿੱਚ ਇੱਕ ਬਹੁਤ ਵੱਡਾ ਮਾਣ ਪ੍ਰਾਪਤ ਕੀਤਾ ਹੈ, ਸਾਨੂੰ ਇਸ ਕਾਲਜ ਨੂੰ ਵੀ ਮਾਣ ਜਾਂਦਾ ਹੈਗਾ ਕਿ ਉਹਨਾਂ ਦੇ ਵਿੱਚ ਜਿਵੇਂ NRI ਸੁੱਖ ਧਾਲੀਵਾਲ ਜੀ ਨੇ, ਦੇਸ਼ ਦੇ ਏਅਰ ਮਾਰਸ਼ਲ ਵਾਈਸ ਮਾਰਸ਼ਲ ਸਰਦਾਰ ਰਾਜਕਰਨ ਸਿੰਘ ਸੀਰਾ, MLA ਮੈਂਬਰ SGPC, IAS ਅਧਿਕਾਰੀ ਅਤੇ ਹੋਰ ਬਹੁਤ ਸਾਰੇ ਇੰਜੀਨੀਅਰ ਖੇਤਰ ਵਿੱਚ ਜਿਹੜੇ ਬੜੀਆਂ ਨਾਮਰ ਹਸਤੀਆਂ ਨੇ ਜਿਨ੍ਹਾਂ ਦਾ ਬੜਾ ਨਾਮ ਕਮਾਇਆ ਹੈਗਾ ਔਰ ਉਹਨਾਂ ਉਹ ਵੀ ਅੱਜ ਜਿਹੜੇ ਸ਼ਾਮਿਲ ਹੋਏ ਨੇ ਉਹਨਾਂ ਨੂੰ ਵੀ ਅਸੀਂ ਜੀ ਆਇਆ ਕਹਾਂਗੇ। ਸਰ ਕੱਲ੍ਹ ਫੁਲਕਾ ਸਾਹਿਬ ਵੱਲੋਂ ਪਾਰਟੀ ਤੋਂ ਅਸਤੀਫਾ ਦਿੱਤਾ ਗਿਆ, ਉਹਨਾਂ ਦਾ ਕਿਹਾ ਕਿ SGPC ਦੇ ਲਈ ਕੰਮ ਕਰੂੰਗੇ, SGPC ਇੱਕ ਪਾਰਟੀ ਦੇ ਅਧੀਨ ਹੈ, ਇਸ ਕਰਕੇ ਉਹ ਇੱਕ ਸੰਗਠਨ ਬਣਾਉਂਗੇ SGPC ਨੂੰ ਪਾਰਟੀ ਤੋਂ ਕੱਢਣ ਵਾਸਤੇ। ਕੋਈ ਪਾਰਟੀ ਦਾ ਨਹੀਂ, ਸਾਰੀਆਂ ਉਹਦੀਆਂ ਬੇਬੁਨਿਆਦ ਗੱਲਾਂ ਨੇ। ਉਹ ਫਰਸਟ੍ਰੇਟ ਹੋਇਆ ਹੈ ਬੰਦਾ ਹੈਗਾ, ਕਦੇ ਕੋਈ ਗੱਲਾਂ ਬੋਲਦਾ, ਕਦੇ ਕੋਈ ਗੱਲਾਂ ਬੋਲਦਾ, ਕਦੇ ਪਾਰਟੀ ਦੇ ਵਿੱਚ ਪਹਿਲਾਂ ਆ ਰਿਹਾ, ਕਦੇ ਕੋਈ ਅਸਤੀਫਾ ਦੇ ਦਿੰਦਾ। ਸੋ ਉਸ ਤਰ੍ਹਾਂ ਦੀਆਂ ਕੋਈ ਗੱਲਾਂ ਨਹੀਂ। ਪਾਰਟੀ ਸਾਡੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਪੂਰਨ ਇੰਡੀਪੈਂਡੈਂਟ ਤੌਰ 'ਤੇ, ਸੁਤੰਤਰਤਾ ਦੇ ਤੌਰ 'ਤੇ ਸਾਰੇ ਆਪਣੇ ਕਾਰਜ ਕਰਦੇ ਹਾਂ। ਇਹਦੇ ਵਿੱਚ ਕਿਸੇ ਹੋਰ ਦਾ ਦਖਲ ਨਹੀਂ ਹੈ, ਕਿਸੇ ਪਾਰਟੀ ਦਾ ਦਖਲ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦੇ ਅਧੀਨ ਹੀ ਰਹੀ ਹੈ SGPC, ਕਿਸੇ ਹੋਰ ਧੜੇ ਦਾ ਇੱਥੇ? ਦੇਖੋ, ਮੈਂ ਸਮਝਦਾ ਜਾਂ ਤਾਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੰਦੇ ਕੋਈ ਗਿਆਨ ਨਹੀਂ ਹੈ, ਜਾਂ ਉਹ ਜਾਣ ਬੁੱਝ ਕੇ ਅਜਿਹੀਆਂ ਗੱਲਾਂ ਕਰਦਾ, ਕਿਉਂਕਿ ਹਮੇਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਚੋਣ ਲੜਦੀ ਹੈ, ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਾਡੇ ਕੈਂਡੀਡੇਟ ਨੇ ਉਹ ਲੜਦੇ ਨੇ, ਉਹ ਹਮੇਸ਼ਾ ਜਿੱਤ ਕੇ ਆਉਂਦੇ ਨੇ ਜਦੋਂ ਵੀ ਕੋਈ ਚੋਣ ਹੁੰਦੀ ਹੈ, ਔਰ ਸੰਗਤ ਜਿਤਾਉਂਦੀ ਹੈ। ਉਹਨਾਂ ਦਾ ਇਹੀ ਕਹਿਣਾ ਕਿ ਜਿਹੜੇ ਰਾਜਨੀਤਿਕ ਲੋਕ ਆ ਉਹੀ ਇਸ ਕਮੇਟੀ ਦੇ ਵਿੱਚ ਨਾਲ ਜੁੜੇ ਹੋਏ ਨੇ, ਇਸ ਕਰਕੇ ਕੋਈ ਰਾਜਨੀਤੀ ਵਾਲੀ ਨਹੀਂ, ਨਾ ਰਾਜਨੀਤੀ ਤੌਰ 'ਤੇ ਕੋਈ ਗੱਲ ਹੈਗੀ। ਅਸੀਂ ਸਾਰਾ ਗੁਰੂ ਮਹਾਰਾਜ ਨੂੰ ਸਮਰਪਿਤ ਹੋ ਕੇ ਸਾਰਾ ਇਹ ਕੰਮ ਕਰਦੇ ਹਾਂ, ਧਰਮ ਨੂੰ ਆਪਣਾ ਨਿਸ਼ਚਰ ਲੈ ਕੇ, ਧਰਮ ਨੂੰ ਅੱਗੇ ਰੱਖ ਕੇ ਸਾਰੀ ਜਿਹੜੀ ਕਾਰਜ ਕੀਤੇ ਜਾਂਦੇ ਨੇ। ਨਹੀਂ, ਉਹਦੇ ਕੋਈ ਕਮੈਂਟ ਨਹੀਂ ਮੈਂ ਦੇਣਾ, ਉਹ ਦੇਖ ਪਗੜੀ ਉਤਾਰ ਕੇ ਰਾਜੀਵ ਗਾਂਧੀ ਦਾ ਅਸੀਂ ਪਹਿਲਾਂ ਵੀ ਨਿੰਦਿਆ ਕੀਤੀ ਹੈ। ਦੇਖੋ, ਪਾਗੜ ਬਹੁਤ ਸਨਮਾਨਯੋਗ ਸਾਡਾ ਚਿੰਨ੍ਹ ਹੈ, ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਈ ਹਰਕਤਾਂ ਕਰਦਾ ਬਹੁਤ ਹੀ ਨਿੰਦਣਯੋਗ ਨੇ। ਸਰ,
ਨਹੀਂ ਉਹਦਾ ਮੈਨੂੰ ਅਜੇ ਕੋਈ ਜਾਣਕਾਰੀ ਨਹੀਂ, ਅਸੀਂ ਕੋਈ ਇਨਕੁਆਇਰੀ ਕਰਵਾ ਲਾਂਗੇ ਪਤਾ ਲੱਗ ਜਾਊਗਾ। ਸਰ ਪਿਛਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸਰ ਐਸਜੀਪੀਸੀ ਦੇ ਇਲੈਕਸ਼ਨ ਉਹਦਾ ਜਿਹੜਾ ਚੋਣ ਸਰਕਾਰ ਨੇ ਕਰਾਉਣੇ ਜਾਂ ਚੋਣ ਕਮਿਸ਼ਨ ਨੇ ਸਾਡੇ ਪਾਸ ਨਹੀਂ ਚੱਲ ਰਹੀ।